ਪੁੱਤਰ ਮੈਂ ਤੁਹਾਨੂੰ ਮੌਜਾਂ ਕਰਾ ਦੇਣੀਆਂ ਮੌਜਾਂ ਹਾਂ ਮੌਜਾਂ ਕਰਵਾ ਦੇਣੀਆਂ ਬਸ ਇੱਧਰ ਵੇਖੋ ਜੀ ਐਵੇਂ ਤੁਸੀਂ ਕੰਜੂਸੀਆਂ ਕਰਦੇ ਪਿਆਜ਼ ਇਹ ਪੁੱਤਰ ਦੁਨੀਆ ਦੇ ਸਾਰਾ ਜਿਹੜੇ ਚਾਰ ਦਿਨ ਹੈਗੇ ਨਾ ਜ਼ਿੰਦਗੀ ਖਾਣ ਪੀਣ ਹੀ ਬਚਣਾ ਹਾਂ ਬਾਕੀ ਹਰ ਸ਼ੈ ਇੱਥੇ ਰਹਿ ਜਾਣਾ ਵਾਕਈ ਖਾਣ ਪੀਣ ਹੀ ਬਚਣਾ ਖਾਇਆ ਪੀਆ ਕਰੋ ਮੌਜ ਡਾਇਆ ਕਰੋ ਹਾਂ ਤੇ ਐਵੇਂ ਸੜਿਆ ਸੁੜਿਆ ਨਾ ਕਰੋ ਤੇ ਜਿਹੜੀਆਂ ਬੀਬੀਆਂ ਭੈਣਾਂ ਛੇਤੀਆਂ ਪਾਉਂਦੀਆਂ ਨਾ ਹਰ ਸ਼ੈ ਕੱਟੀ ਕੱਟ ਕੁੱਟ ਕੇ ਤੇ ਸੱਟੀ ਪ੍ਰੈਸ਼ਰ ਕੁੱਕਰ ਦੇ ਵਿੱਚ ਤੇ ਉੱਤੋਂ ਬੂਹਾ ਬੰਦ ਕਰਕੇ ਲਾਈ ਤੀਲੀ ਤੇ ਜਾ ਕੇ ਟੀਵੀ ਵੇਖਣ ਲੱਗ ਪਈ ਏਦਾਂ ਹਾਂਡੀਆਂ ਸਵਾਦੀ ਨਹੀਂ ਜੇ ਬਣਦੀ ਵੀ ਚੰਗੀਆਂ ਹਾਂਡੀਆਂ ਪਕਾਉਣ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਮੈਂ ਹੌਲੀ ਹੌਲੀ ਤਾਂ ਗਾਇਆ ਵੀ ਨਾਲ ਗੁਆਂਢੀ ਨਾ ਸੁਣ ਲੈਣ ਅਸਲਾਮੁਅਲੈਕੁਮ ਵੈਲਕਮ ਟੂ ਨਿਊ ਵਲੌਗ ਸਦਾ ਹੱਸਦੇ ਰਹੋ ਵੱਸਦੇ ਰਹੋ ਸ਼ਾਦ ਰਹੋ ਅਤੇ ਆਬਾਦ ਰਹੋ ਆਮੀਨ ਸੁਮ ਆਮੀਨ ਮਾਸ਼ਾਅੱਲਾ ਜੀ ਟਾਈਮ ਹੋ ਗਿਆ ਤਕਰੀਬਨ 3 ਵੱਜ ਚੁੱਕੇ ਨੇ ਕਾਲਜ 'ਚੋਂ ਆ ਕੇ ਚੇਂਜ ਛੇਂਜ ਕੀਤਾ ਹੈ ਅਤੇ ਘਰ 'ਚ ਖਾਮੋਸ਼ੀ ਛਾਈ ਹੋਈ ਸੀ ਹੁਣੇ ਹੁਣੇ ਆਮਨਾ ਵੀ ਸਕੂਲੋਂ ਆਈ ਹੈ ਕਿਉਂਕਿ ਹੁਣ ਆਮਨਾ ਨੂੰ ਭਾਈ ਸਕੂਲੋਂ ਲੇਟ ਛੁੱਟੀ ਹੋਇਆ ਕਰਨੀ ਕਿਉਂਕਿ ਸਕੂਲ ਦੀ ਟਾਈਮਿੰਗ ਚੇਂਜ ਹੋ ਗਈ ਹੈ ਅਤੇ 3 ਵਜੇ ਤਕਰੀਬਨ ਉਹ ਆਉਂਦੀ ਘਰ ਅਤੇ ਬਾਈ ਗਿਆ ਉਹਨੇ ਦਰਸ ਠੀਕ ਹੈ ਅਤੇ ਅੱਜ ਮੰਮਾ ਜੀ ਨਾ ਫੁੱਲ ਧੁੱਪ ਜੇ ਝਾੜੂ ਫੇਰ ਹੈ ਮੈਂ ਮੰਮਾ ਕੋਲ ਪੁੱਛ ਰਹੀ ਸੀ ਮੰਮਾ ਜੀ ਕੀ ਹੋ ਗਿਆ ਜੀ ਤੁਸੀਂ ਸੁਬਾਹ ਨਹੀਂ ਝਾੜੂ ਫੇਰੇ ਤੁਸੀਂ ਹੁਣ ਫਿਰ ਝਾੜੂ ਫੇਰ ਰਹੇ ਠੀਕ ਹੈ ਅਤੇ ਮੰਮਾ ਜੀ ਕਹਿੰਦੇ ਕਿ ਪੁੱਤਰ ਅੱਜ ਅਸੀਂ ਸਜਾਉਣਾ ਆਪਦਾ ਦੇਸੀ ਕਿਚਨ ਮੈਂ ਕਿਹਾ ਲੈ ਨਹੀਂ ਭੈਣਾ ਅੱਜ ਦੇਸੀ ਕਿਚਨ 'ਚ ਪੱਕਣਾ ਕੀ ਮੰਮਾ ਕਹਿੰਦੇ ਉਹ ਤਾਂ ਹਾਲੇ ਸਾਨੂੰ ਵੀ ਨਹੀਂ ਕਨਫਰਮ ਹੈ ਪਾਪਾ ਜੀ ਤੁਹਾਨੂੰ ਵੀ ਨਹੀਂ ਕਨਫਰਮ ਵੀ ਤੁਸੀਂ ਅੱਜ ਦੇਸੀ ਕਿਚਨ 'ਚ ਕੀ ਪਕਾਉਣਾ ਅੱਜ ਜ਼ੈਨ ਦੀ ਫਰਮਾਇਸ਼ 'ਤੇ ਕੋਈ ਚੀਜ਼ ਬਣਨ ਲੱਗੀ ਆਏ ਹਾਏ ਉਹ ਕਹਿ ਕੇ ਗਿਆ ਆਪਦੀ ਮੰਮਾ ਦੋਵੇਂ ਮਾਂ ਪੁੱਤਰ ਗਿਟਮਿਟ ਕਰਨ ਲੈ ਲੈ ਨਹੀਂ ਭੈਣਾ ਦੱਸੋ ਗੱਲ ਹੋ ਗਈ ਅੱਛਾ ਹੁਸੈਨ ਦੀ ਫਰਮਾਇਸ਼ 'ਤੇ ਸਹੀ ਹੋ ਗਿਆ ਅਤੇ ਜੀ ਮੰਮਾ ਜੀ ਕਹਿਣ ਦਿਆ ਸੀ ਕਿ ਹੁਣ ਤੁਹਾਡੇ ਪਾਪਾ ਜੀ ਘਰ ਆਉਣ ਲੱਗ ਪੈ ਰਹੇ ਅਤੇ ਹੁਣ ਨਾ ਤੁਹਾਡੀਆਂ ਡੇਲੀ ਨਵੀਆਂ ਤੋਂ ਨਵੀਆਂ ਫਰਮਾਇਸ਼ਾਂ ਹੀ ਆਈ ਜਾਂਦੀਆਂ ਨੇ ਹਾਲੇ ਤਾਂ ਮੈਂ ਵੀ ਅੱਜ ਮੰਮਾ ਫਰਮਾਇਸ਼ ਕਰੂੰ ਸੀ ਵੀ ਮੇਰਾ ਮੈਕਰੋਨੀ ਖਾਣ ਨੂੰ ਦਿਲ ਕਰਨ ਦਿਆ ਮੈਕਰੋਨੀ ਫਿਰ ਕਿਸੇ ਦਿਨ ਬਣਾ ਲਿਆ ਚਲੋ ਕੋਈ ਨਹੀਂ ਖੈਰ ਹੁਣ ਤਾਂ ਇਨਸ਼ਾਅੱਲਾ ਆਪਣਾ ਦੇਸੀ ਕਿਚਨ ਫਿਰ ਸਜਦਾ ਰਿਹਾ ਕਰਨਾ ਹੈਂ ਚਲੋ ਭਾਈ ਜਿਹੜਾ ਨਾ ਹਾਲੇ ਤਾਂ ਮੈਨੂੰ ਵੀ ਨੀ ਕਨਫਰਮ ਹੈਗਾ ਵੀ ਅੱਜ ਕੀ ਡਿਸ਼ ਬਣਨੀ ਤੇ ਕੀ ਨਹੀਂ ਬਣਨਾ ਤੇ ਆਮ ਨਾ ਬਾਜੀ ਜਲਦੀ ਜਲਦੀ ਚੇਂਜ ਕਰੋ ਤੇ ਟਿਊਸ਼ਨ ਦਾ ਆਪਣਾ ਟਾਈਮ ਹੋ ਗਿਆ ਲੈ ਇੰਨੇ ਕੀ ਸਾਹ ਲੈਣੇ ਸਾਹ ਹੀ ਸਾਹ ਬੜਾ ਕਹਿੰਦੇ ਸੀ ਕਿੱਡੇ ਖੁਸ਼ ਨਸੀਬ ਜਿਹੜੇ ਕੈਰੀ ਤੇ ਆਉਂਦੇ ਜਾਂਦੇ ਕਿੱਡੇ ਵੱਧ ਨਸੀਬ ਨੇ ਜਿਹੜੇ ਕੈਰੀ ਤੇ ਆਉਂਦੇ ਜਾਂਦੇ ਨੇ ਕੈਰੀ ਤੇ ਆਉਣਾ ਜਾਂਦਾ ਸਭ ਤੋਂ ਵੱਡਾ ਮਸਲਾ ਹੈ ਤੇ ਚਲੋ ਕੋਈ ਨਹੀਂ ਖੈਰ ਹੈ ਹੁਣ ਜਦੋਂ ਪੜ੍ਹਨਾ ਉਦੋਂ ਫਿਰ ਕੁਰਬਾਨੀ ਵੀ ਦੇਣੀ ਪੈਣੀ ਹੈ ਵੀ ਕੋਈ ਨਾ ਕੋਈ ਤੇ ਚਲੋ ਭਾਈ ਹੁਣ ਜਿਹੜਾ ਨਾ 3 ਵੱਜ ਗਿਆ ਨੇ ਆਮਨਾ ਨੂੰ ਕਹੀਏ ਵੀ ਛੇ ਛੇਤੀ ਚੇਂਜ ਚੇਂਜ ਕਰੇ ਤੇ ਅਸੀਂ ਤਾਂ ਚੱਲਿਆ ਭਾਈ ਟਿਊਸ਼ਨ ਪਿੱਛੋਂ ਪਾਪਾ ਹੋਰੇ ਵਲੋਗ ਵਲੂਗ ਸ਼ੂਟ ਕਰਨਗੇ ਪਾਪਾ ਕਰ ਲਓਗੇ ਨਾ ਹਾਂ ਪਾਪਾ ਹੋਰੇ ਵਲੋਗ ਵਗੈਰਾ ਸ਼ੂਟ ਕਰਨਗੇ ਤੇ ਤੁਹਾਨੂੰ ਦੱਸਣਗੇ ਵੀ ਅੱਜ ਕੀ ਸਪੈਸ਼ਲ ਡਿਸ਼ ਬਣ ਰਹੀ ਹੈ 3 ਆਵਰਸ ਲੇਟਰ ਮਾਸ਼ਾਅੱਲਾ ਜੀ ਸ਼ਾਮ ਦੇ ਤਕਰੀਬਨ 5 ਵੱਜ ਚੁੱਕੇ ਨੇ ਤੇ ਅੱਜ ਫਿਰ ਦੇਸੀ ਕਿਚਨ ਲੱਗ ਚੁੱਕਿਆ ਹੈ ਤੇ ਅੱਜ ਪਾਪਾ ਅਤੇ ਮੰਮਾ ਮਿਲ ਕੇ ਇੱਕ ਬਹੁਤ ਮਜ਼ੇਦਾਰ ਡਿਸ਼ ਬਣਾਉਣ ਲੱਗੇ ਨੇ ਅਤੇ ਆਪਾਂ ਪੁੱਛਦੇ ਹਾਂ ਮੰਮਾ ਕੋਲੋਂ ਅਤੇ ਪਾਪਾ ਕੋਲੋਂ ਕੀ ਬਣਨ ਲੱਗਾ ਪਾਪਾ ਜੀ ਕੀ ਬਣਾਉਣ ਲੱਗੇ ਜੀ ਪੁੱਤਰ ਮੈਂ ਤੁਹਾਨੂੰ ਮੌਜਾਂ ਕਰਾ ਦੇਣੀਆਂ ਮੌਜਾਂ ਮੌਜਾਂ ਕਰਵਾ ਦੇਣੀਆਂ ਇੱਧਰ ਵੇਖੋ ਜੀ ਐਵੇਂ ਤੁਸੀਂ ਕੰਜੂਸੀਆਂ ਕਰਦੇ ਨੇ ਪਿਆਜ਼ ਪਿਊਜ਼ ਭੁੰਨਣਾ ਇਹ ਪੁੱਤਰ ਦੁਨੀਆ ਦੇ ਸਾਰਾ ਜਿਹੜੇ ਚਾਰ ਦਿਨ ਹੈਗੇ ਨਾ ਜ਼ਿੰਦਗੀ ਖਾਣ ਪੀਣ ਹੀ ਬਚਣਾ ਹਾਂ ਬਾਕੀ ਹਰ ਸ਼ੈ ਇੱਥੇ ਰਹਿ ਜਾਣਾ ਵਾਕਈ ਖਾਣ ਪੀਣ ਹੀ ਬਚਣਾ ਖਾਇਆ ਪੀਆ ਕਰੋ ਮੌਜ ਡਾਇਆ ਕਰੋ ਹਾਂ ਤੇ ਐਵੇਂ ਸੜਿਆ ਸੁੜਿਆ ਨਾ ਕਰੋ ਠੀਕ ਹੈ ਮੇਰਾ ਨਿੱਕੀ ਪਿਸਤੀ ਆ ਗਈ ਮਾਸ਼ਾਅੱਲਾ ਆਮਨਾ ਵੀ ਆ ਗਈ ਹੈ ਐਡੀ ਛੇਤੀ ਆ ਗਈ ਚਿੜੀ ਆ ਗਈ ਚਿੜੀ ਪਾਪਾ ਜੀ ਕੀ ਬਣਾਉਂਦੇ ਪਏ ਸਾਨੂੰ ਵੀ ਦੱਸੋ ਅੱਜ ਪਕੜੀ ਹੈ ਮਜ਼ੇਦਾਰ ਤੇ ਸਸਤੀ ਡਿਸ਼ ਕੀ ਪਕੜਾਂ ਤੇਰੀ ਮੰਮਾ ਦੀ ਪਸੰਦੀਦਾ
ਕੀ ਮੰਮਾ ਦੀ ਕੀ ਪਸੰਦ ਹੈ? ਮੰਮਾ ਵੀ ਪਸੰਦ ਕਰਦੀ, ਆਮਨਾ ਵੀ ਪਸੰਦ ਕਰਦੀ, ਜ਼ੈਨ ਸੈਨ ਵੀ ਤੇ ਆਇਸ਼ਾ ਵੀ। ਮੰਮਾ ਨੂੰ ਤੇ ਪਸੰਦ ਚਾਹ ਹੀ ਹੈ। ਦੋ ਚੀਜ਼ਾਂ ਨਾ ਮਿਕਸ ਕਰਕੇ ਪੱਕਣੀਆਂ ਨੇ, ਇੱਕ ਚੀਜ਼ ਤੈਨੂੰ ਤੇ ਮੈਨੂੰ ਪਸੰਦ ਹੈ ਤੇ ਇੱਕ ਚੀਜ਼ ਇਹਨਾਂ ਚੋਂ ਨੂੰ ਪਸੰਦ। ਚਲੋ ਮੈਂ ਸੋਚਣਾ ਫਿਰ ਮੈਂ ਦੱਸਣਾ ਤੁਹਾਨੂੰ, ਮੈਂ ਦੱਸਣਾ ਕਿਹੜੀ ਚੀਜ਼ ਹੈ ਮੈਨੂੰ ਤੇ ਪਾਪਾ ਨੂੰ ਕਿਹੜੀ ਚੀਜ਼ ਪਸੰਦ ਹੈ। ਉਹ ਵਿਆਹਾਂ ਤੇ ਉਹ ਪਾਪਾ ਜੀ ਵਿਆਹਾਂ ਤੇ ਆਪਾਂ ਦੋਨੋਂ ਪਸੰਦ ਹੈ। ਜਿਹੜੀਆਂ ਬੀਬੀਆਂ ਭੈਣਾਂ ਛੇਤੀਆਂ ਪਾਉਂਦੀਆਂ ਨਾ, ਹਰ ਸ਼ੈ ਕੱਟੀ ਕੱਟ ਕੁੱਟ ਕੇ ਤੇ ਸੱਟੀ ਪ੍ਰੈਸ਼ਰ ਕੁੱਕਰ ਦੇ ਵਿੱਚ ਤੇ ਉੱਤੋਂ ਬੂਹਾ ਬੰਦ ਕਰਕੇ ਲਾਈ ਤੀਲੀ ਤੇ ਜਾ ਕੇ ਟੀਵੀ ਵੇਖਣ ਲੱਗ ਪਈ, ਏਦਾਂ ਹਾਂਡੀਆਂ ਸਵਾਦੀ ਨੀ ਜੇ ਬਣਦੀ। ਹਾਂ ਪ੍ਰੈਸ਼ਰ ਕੁੱਕਰਾਂ ਦੀ ਕੋਈ ਹਾਂਡੀ ਸਵਾਦੀ ਨੀ ਬਣਦੀ, ਹਮੇਸ਼ਾ ਹਲਕੀ ਆਂਚ ਤੇ ਉੱਤੇ ਬਹਿ ਕੇ। ਲਾਈਟ ਬਰਾਊਨ ਭਾਈ ਮੈਂ ਨਹੀਂ ਦੱਸ ਸਕਦਾ, ਮੈਨੂੰ ਨਹੀਂ ਸਮਝ ਆ ਰਹੀ ਹੈ। ਅੱਜ ਬਣਾਉਣ ਲੱਗੇ ਜੀ ਕਲੇਜੀ ਐਂਡ ਪੋਟੇ। ਯੈਸ ਕਲੇਜੀ ਪੋਟਾ ਤੁਸੀਂ ਇਹਨਾਂ ਕਿੱਥੋਂ ਮੰਗਾ ਲਿਆ? ਸਸਤੇ ਸੌਦੇ ਤੇ ਡਬਲ ਸਵਾਦ। ਆਏ ਹਾਏ ਕੀ ਬਾਤ, ਫਿਰ ਵੱਖਰਾ ਵੱਖਰਾ ਪਕਾਓ, ਤੁਹਾਡਾ ਤੇ ਮੰਮਾ ਦਾ ਮੁਕਾਬਲਾ ਹੁੰਦਾ, ਮੰਮਾ ਕਲੇਜੀ ਪਕਾਵੇ ਆਪਾਂ ਕੋਈ। ਮੰਮਾ ਨੇ ਕਿਹਾ, ਮੰਮਾ ਕਹਿੰਦੇ ਨਹੀਂ ਇਕੱਠਾ ਕਰਦੇ। ਨਹੀਂ ਮੰਮਾ ਨੇ ਰੋਟੀਆਂ ਪਕਾਉਣੀਆਂ, ਰੋਟੀਆਂ ਪਾਪਾ ਹਰ ਵਾਰੀ ਮਿੰਟ 'ਚ ਪਾ ਕੇ ਆਉਂਦੀਆਂ ਤੇ ਮੰਮਾ ਜਿੱਤ ਆਉਂਦੀ। ਫਿਰ ਚਲੋ ਮਾਮਾ ਸਾਡੀ ਤਾਕਾ ਗੁੰਨਣ ਵਾਲਾ ਹੈ ਪਾਪਾ, ਅੱਜ ਫਿਰ ਮੁਕਾਬਲੇ ਆਉਣਗੇ। ਚਲੋ ਫਿਰ ਤੜਕਾ ਤੁੜਕਾ ਭੁੰਨ ਲਈਏ, ਜਦੋਂ ਕਲੇਜੀ ਪੋਟਾ ਵਿੱਚ ਪਾਵਾਂਗੇ। ਆਇਸ਼ਾ ਵੀ ਆਉਣ ਵਾਲੀ ਹੈ, ਪਾਪਾ ਵੇਖ ਲਓ ਆਪੇ ਗੁੰਨਣਾ, ਆਟਾ ਗੁੰਨੋ ਆਪ। ਉਹ ਤੁਹਾਡਾ ਮਾਮਲਾ ਨਹੀਂ, ਮੇਰਾ ਤੇ ਮੇਰੀ ਐਵੇਂ ਹਾਂਡੀ ਪਾਕਿਆ ਨੀ, ਹਾਂਡੀ ਪਕਾਉਣ ਵਾਸਤੇ, ਹਾਂਡੀ ਪਕਾਉਣ ਵਾਸਤੇ ਬੜੀ ਦੇਰ ਚਾਹੀਦੀ ਹੁੰਦੀ, ਮਤਲਬ ਕੋਈ ਥੋੜਾ ਜਿਹਾ ਵਕਤ ਲੱਗਦਾ। ਤੜਕਾ ਭੁੱਜਣ ਭੁੱਜ ਗਿਆ ਬਸ, ਨਹੀਂ ਅਜੇ ਕਿੱਥੇ ਤੜਕਾ ਭੁੱਜ ਗਿਆ। ਪਾਪਾ ਇਹ ਤਾਂ ਤੜਕਾ ਲਾਲ ਸੁਰਖ ਹੋ ਗਿਆ, ਜਿਸ ਕੋ ਕਹਤੇ ਰੱਤਾ ਲਾਲ ਲਾਲ ਹੋ ਗਿਆ, ਕਾਲਾ ਹੋ ਗਿਆ। ਅੱਲਾ ਦਾ ਹੁਕਮ, ਪਾਣੀ ਦਾ ਛੱਟਾ ਲਾਓ। ਪਾਣੀ ਦਾ ਛੱਟਾ ਹੁਣੇ ਨਹੀਂ ਲਾਣਾ, ਹੋਰ ਪਾ ਲਓ। ਇੰਨਾ ਕੁ ਮੰਮਾ ਨੇ ਪਾਣੀ ਪਾਇਆ ਪਤਾ ਨਹੀਂ ਜਿਵੇਂ ਪਤਾ। A few moments later, ਮਾਸ਼ਾਅੱਲਾ ਪਾਪਾ ਨੇ ਕੋਟੇ ਹਾਂਡੀ ਦੇ ਵਿੱਚ ਪਾ ਦਿੱਤੇ ਨੇ ਅਤੇ ਐਡੀਆਂ ਪਿਆਰੀਆਂ ਖੁਸ਼ਬੂਆਂ ਆ ਰਹੀਆਂ ਨੇ ਨਾ ਕਿ ਮੈਂ ਦੱਸ ਹੀ ਨਹੀਂ ਸਕਦਾ। ਪਾਪਾ ਜੀ ਇਹ ਕਿੰਨੀ ਕੁ ਦੇਰ 'ਚ ਤਿਆਰ ਹੋਣਗੇ? ਮੇਰਾ ਤਾਂ ਦਿਲ ਕਰਦਾ ਹੁਣੇ ਹੀ ਖਾਇਆ ਵਾ, ਪੱਕ ਨਹੀਂ ਗਿਆ ਅਤੇ ਕਲੇਜੀ ਨਹੀਂ ਪਾਈ ਵਿੱਚ। ਕਲੇਜੀ ਪੱਕ ਗਿਆ ਨਾ, ਹਾਂ ਮੁਕੰਮਲ ਗਲ ਗਿਆ, ਫਿਰ ਕਲੇਜੀ ਵਿੱਚ ਪਾਣੀ, ਕਿਉਂਕਿ ਜੇ ਜਲਦੀ ਪਾ ਦੇਣੇ ਫਿਰ ਕਲੇਜੀ ਗਲ ਜਾਂਦੀ ਤੇ ਉਹ ਪੋਟੇ ਫਿਰ ਕੱਚੇ। ਇਹ ਵੀ ਰਾਤ ਦੀ ਗੱਲ ਹੈ, ਖੁਸ਼ਬੂਆਂ ਐਵੇਂ ਆ ਰਹੀਆਂ, ਮੇਰਾ ਦਿਲ ਕਰਦਾ ਸੀ ਇੱਕ ਦੋ ਗੱਡਾ ਕੋਲੀ 'ਚ ਪਾਵਾਂ ਚੱਲ ਮੈਂ ਤੇ ਕਾਰ ਮਾਰ ਜਾਵਾਂ। ਹਾਂਜੀ ਖਾਣ ਤੋਂ ਬਗੈਰ ਨਹੀਂ, ਖਾਣ ਤੋਂ ਬਗੈਰ ਮੰਮਾ ਇਹ ਤਾਂ ਨਹੀਂ ਹੋ ਸਕਦਾ ਨਾ, ਤੁਸੀਂ ਖਾਣ ਤੋਂ ਬਗੈਰ ਕਹਿੰਦੇ ਪੈ ਜੇ।
later mashallah ji mamma ne aata gun liya te mamma kadde piye pede te papa ne nava kap kad ditta papa ne potiyan de vich pani mamma pa chadya papa e ki ho gaya te pani pai da hi hunda potiyan ch e ta pani sokda hi nahi piya ye jinne nu gal nahi ohne nu sukna teri mamma di e bhi tu galat kita hai ਹਾਂ ਜੀ ਤੁਸੀਂ ਕਦਵਾ ਮਾਰੀ ਵੀ ਇੰਜ ਕੀਤਾ ਯੇਲਾ ਦਾ ਸਾਰਾ ਪਾਣੀ ਪਾ ਕੇ ਸਿਲੰਡਰ ਮੱਗ ਗਿਆ ਸੀ ਵੀ ਚੰਗੀਆਂ ਹੰਡੀਆਂ ਪਕਾਉਣ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਚੁੱਪ ਕਰ ਜਾ ਕੁਰਬਾਨੀਆਂ ਪੂਰੇ ਪੂਰੇ ਸਿਲੰਡਰ ਦੀਆਂ ਦਈਏ ਹੁਣ ਤੂੰ 10 ਮਿੰਟ ਹੰਡੇ ਨੂੰ ਪੱਕਣ ਤਾਂ ਦਿਓ ਇਹ ਤਾਂ ਨਹੀਂ ਕਿ 2 ਮਿੰਟਾਂ 'ਚ ਪੱਕ ਗਈ ਤੇ ਚੱਲ ਲੋਕੀ ਕੁਰਬਾਨੀ ਤਾਂ ਬੱਕਰਾ ਕਰਦੇ ਸੀ ਸਿਲੰਡਰ ਕਰਦੇ ਆਏ ਹਾਏ ਆਏ ਹਾਏ ਇਹ ਜਿੰਨੇ ਪੋਟੇ ਪਾਣੀ ਦੇ ਵਿੱਚ ਪੱਕਣਗੇ ਉਹਨਾਂ ਜ਼ਿਆਦਾ ਸਵਾਦ ਆਵੇ ਸਵਾਦ ਆ ਹੀ ਜਾਂਦਾ ਹਾਂਜੀ ਜਾਨੂ ਕਿਉਂ ਆਪ ਕਲੇਜੀ ਪਾ ਦੋ ਚੁੱਪ ਕਰ ਨਹੀਂ ਅਮਾ ਪੱਕਾ ਹੈ ਤੇ ਮੈਂ ਖਾਣੀ ਹੈ ਅੱਜ ਮੈਂ ਗਾਣਾ ਸੋਚਿਆ ਜ਼ਹਿਰ ਤੇਰੀ ਮੰਮਾ ਵਾਸਤੇ ਚਲੋ ਬੜਾ ਅਰਸਾ ਹੋ ਗਿਆ ਤੇਰੀ ਮੰਮਾ ਨੂੰ ਗਾਣਾ ਨਹੀਂ ਸੁਣਦੀ ਚਲੋ ਸੁਣਾਓ ਸੁਣਾਓ ਇਹ ਗੁੱਸੇ 'ਚ ਬੈਠੀ ਹੈ ਮੈਂ ਚਲੋ ਦੇਖਾ ਜੋ ਚਿਹਰਾ ਤੇਰਾ ਮੌਸਮ ਕੀ ਪਿਆਰਾ ਵਾ 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 ਆਵਾਜ਼ ਆਈ ਥੜੀ ਥੜੀ ਹਾਂਡੀ ਦਾ ਚੋਲਾ ਵੀ ਸਾਰਾ ਲਗਾ ਮੈਂ ਹੌਲੀ ਹੌਲੀ ਤਾਂ ਗਾਇਆ ਵੀ ਐ ਨਾਲ ਗਵਾਂਢੀ ਨਾ ਸੁਣ ਲੈਣ ਪਾਪਾ ਜੀ ਉੱਚੀ ਗਾ ਤੇ ਹੁਣ ਆਪਣੇ ਪੋਟਿਆਂ ਤੇ ਕਿੰਨੀ ਦੇਰ ਲੱਗਣੀ ਘੰਟਾ ਕੁ ਬਸ ਇਸਿਆ ਤੋਂ ਬਾਅਦ ਤਿਆਰ ਹੋਣਗੇ ਪਾਪਾ ਜੀ ਅਸੀਂ ਮਗਰੋਂ ਤਾਂ ਪਹਿਲੇ ਰੋਟੀ ਖਾ ਕੇ ਜਾ ਰਹੀ ਤੁਸੀਂ ਤਿਆਰੀ ਕਰੋ ਮੈਂ ਪੋਟੇ ਪਾ ਗਿਆ ਤੇ ਕਲੇਜੀ ਬਾਅਦ ਚ ਖਾ ਲਿਆ ਜੀ ਨਹੀਂ ਨਹੀਂ ਮੰਮਾ ਨੇ ਕਿ ਰੋਟੀਆਂ ਅਸੀਂ ਕੀ ਗਾ ਸੂਟ ਬਦਲਣਾ ਵੀ ਕਲੇਜੀ ਖਾਣੀ ਅਸੀਂ ਪੋਟੇ ਖਾਣੇ ਇਹ ਤਾਂ ਪਤਾ ਤਿਆਰੀ ਸਾਡੀ ਕੋਲੀ ਖੜੋ ਸ਼ੋਰੇ ਨਾਲ ਰੋਟੀ ਤੇ ਬੋਲ ਕੇ ਖਾ ਲੋ ਹਾਂ ਨਹੀਂ ਅਸੀਂ ਨਹੀਂ ਸ਼ੋਰੇ ਨਾਲ ਖਾਣੀ ਮੇਰੇ ਅੱਬੇ ਦੂਰ ਦੀ ਤੁਹਾਡੇ ਦਾ ਫਲ ਪਿਆ ਦੇਖ ਕਿਵੇਂ ਖਸ਼ਬੂਆਂ ਆਉਣ ਡੀਆਂ ਖਸ਼ਬੂਆਂ ਤੇ ਆਵਣ ਨਹੀਂ ਆ ਪਾਣੀ ਨੂੰ ਕੋ ਸੁੱਕੇ ਭਾਈ ਸੁੱਕ ਗਿਆ ਯਾਰ ਰਹਿ ਕੇ ਲੱਗ ਗਿਆ ਪਾਪਾ ਤੁਸੀਂ ਹਰ ਵਾਰੀ ਹਾਰ ਜਾਂਦੇ ਜੀ ਮੰਨ ਲਓ ਨਹੀਂ ਹਾਰ ਨਹੀਂ ਤੁਸੀਂ ਮੰਨ ਲਓ ਬਸ ਪਾਣੀ ਜ਼ਿਆਦਾ ਅੱਜ ਤਾਂ ਆਟਾ ਵੀ ਗੁੰਨ ਗਿਆ ਨਹੀਂ ਹੋਰ ਪਾ ਦੋ ਇਹ ਪਾਣੀ ਇੱਕ ਵਾਰੀ ਇਹ ਸੁੱਕਣਾ ਹੈ ਫਿਰ ਕਲੇਜੀ ਵਿੱਚ ਪਾ ਕੇ ਭੁੰਨਣੀ ਤੇ ਫਿਰ ਵਿੱਚ ਪਾਣੀ ਪਾਣਾ ਹਲੇ ਹਾਂਡੀ ਰੋਟੀ ਨੀ ਹੋਈ ਕਦੋਂ ਤੁਸੀਂ ਸਾਨੂੰ ਰੋਟੀ ਦੇਣੀ ਛੇਤੀ ਕਰ ਲੋ ਬਹੁਤ ਭੁੱਖ ਲੱਗੀ ਆ ਸਵੇਰ ਦੀ ਅੱਛਾ ਹਾਂ ਜਿਹੜਾ ਜ਼ੈਕਾ ਨਹੀਂ ਰਹਿਣਾ ਤੇਰਾ ਬਾਣੀ ਨਾ ਜਾਵੇ ਜ਼ੈਕਾ ਅੱਛਾ ਮੰਗ ਗਿਆ ਦੱਸ ਹਾਂਡੀ ਭੁੰਨਣ ਲੱਪੇ ਕਹਿੰਦੇ ਚਲੋ ਹੁਣ ਮੁਕਾਬਲਾ ਸ਼ੁਰੂ ਹੋ ਗਿਆ ਤੇਰੀ ਮੰਮਾ ਨੇ ਰੋਟੀਆਂ ਪਕਾਣੀਆਂ ਤੇ ਮੈਂ ਸਾਲਨ ਪਕਾਣਾ ਜਦੋਂ ਪੋਠੇ ਭੁੰਨ ਲਏ ਮੈਂ ਕਿਹਾ ਮੈਂ ਤਾਂ ਹਾਲੀ ਆਟਾ ਗੁੰਨਣ ਵਾਲਾ ਫਿਰ ਹੀ ਤਾਂ ਮੁਕਾਬਲਾ ਹੋਣਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾ ਤੂੰ ਨਾ ਬੇਈਮਾਨੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾ ਨੀਚੇ ਜਾ ਤੇ ਲਾਲਾ ਨੂੰ ਕਿਹਾ ਵੀ ਗੁੰਨਿਆ ਹੋਇਆ ਆਟਾ ਹੈਗਾ ਨਾ ਤੇ ਦੇ ਦੇਵੇ ਚਲੋ ਮੈਂ ਫਿਰ ਗੁੰਨ ਕੇ ਉਹਨੂੰ ਭੇਜ ਦਾਂਗੀ ਕਹਿੰਦੇ ਨਹੀਂ ਨਹੀਂ ਇਹ ਤਾਂ ਬੇਈਮਾਨੀ ਹੋ ਗਈ ਗੁੰਨਿਆ ਹੋਇਆ ਆਟਾ ਨਹੀਂ ਗੁੰਨ ਗੁੰਨ ਕੇ ਮੈਂ ਇੱਥੇ ਸਾਰਿਆਂ ਦੇ ਸਾਹਮਣੇ ਆਟਾ ਗੁੰਨਿਆ ਗੁੰਨ ਕੇ ਰੋਟੀਆਂ ਪਕਾ ਕੇ ਬਾਟੀਆਂ ਹੁਣ ਜਦੋਂ ਤੂੰ ਆਈ ਮੈਂ ਤੈਨੂੰ ਕਿਹਾ ਨਾ ਫਿਰ ਮੈਂ ਫਰਿੱਜ ਰੱਖਿਆ ਆਟਾ ਤੂੰ ਫਰਿੱਜ ਰੱਖਿਆ ਮੈਂ ਫਿਰ ਵੀ ਤੁਮਸੇ ਹਾਰੂਗਾ
ਮੈਂ ਬੀਬੀ ਤੁਮ ਕੋ ਚਾਹੂੰ ਮੈਂ ਜਾਣ ਕੇ ਹਾਰਨਾ ਤੇਰੀ ਮੰਮਾ ਆਹ ਹਾ 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 ਯਕੀਨ ਕਰ ਆਹ ਹਾ 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 ਮੇਰਾ ਦਿਲ ਕਰਦਾ ਸਿਆਰਨ ਪਾਪਾ ਸਾਨੂੰ ਪਤਾ ਜਿਹੜਾ ਤੁਹਾਡਾ ਦਿਲ ਹੈ ਮਸਕੇ ਨਾਲ ਆਵਾ ਤੁਸੀਂ ਮੈਂ ਤੇਰਾ ਨਾਮ ਕਰ ਦੇ ਨਾਮ ਦੀ ਕੋਈ ਗੱਲ ਹੋਈ ਤੁਸੀਂ ਸਦਕਾ ਦੇਣ ਦਾ ਅਮਾ ਜੀ ਤੂੰ ਇੱਧਰ ਕਿੱਧਰ ਅਮਾ ਜੀ ਅਮਾ ਜੀ ਤੂੰ ਕਿੱਧਰ ਤੁਰੀਆਂ ਨੀ ਮਮਾ ਚੱਲ ਗਿਲਾ ਸਹੀ ਬੋਸ ਬੋਸ ਐਡਾ ਨਿੱਕਾ ਦਿਲ ਪਾਪਾ ਤੁਹਾਡਾ ਮੇਰੇ ਦੂਜੇ ਪੈਸੇ ਕਿੱਧਰ ਗਏ ਜਬੀਆਂ ਜੁਬੀਆਂ ਫਰੋਲੋ ਤੁਹਾਡੀ ਜੀ ਕੈਮਰਾ ਤੇਰੀ ਮੰਮਾ ਨੇ ਸਾਈਡ ਤੇ ਕਰ ਲਿਆ ਵਿੱਚ 500 ਰੁਪਇਆ ਹੋਰ ਸੀ ਆਸ਼ਾ ਪਾਪਾ ਕੈਮਰਾ ਚੱਲਦਾ ਤੇ ਮੰਮਾ ਨੇ ਖੋਲੇ ਨੇ ਐਵੇਂ ਚੱਲਦੇ ਤੁਸੀਂ ਤਾਂ ਬੁੜੀਆਂ ਤੋਂ ਐਵੇਂ ਇੱਧਾ ਪਾ ਚਾ ਹੋ ਬਚਾ ਆ ਤੁਸੀਂ ਨਾ ਮੈਨੂੰ ਪਾ ਦੋ ਸਾਲਾਂ ਨੂੰ ਇਹ ਆਮਨਾ ਵੇਖੋ ਜੁੰਡੇ ਖਿਲਾੜੀ ਫੇਰਦੀ ਗਈ ਸਾਹਮਣੇ ਦੇ ਵਾਲ ਵੇਖੋ ਸ਼ਾਈਨ ਕਰਦੇ ਆਮਨਾ ਦੇ ਆਮਨਾ ਵਾਲ ਦਿਖਾ ਸ਼ਾਈਨ ਕਰਦੇ ਇਹ ਵੇਖੋ ਗਈ ਸਾਹਮਣੇ ਦੇ ਵਾਲ ਵੇਖੋ ਸ਼ਾਈਨ ਕਰਦੇ ਪਾਪਾ ਜੀ ਕਲੇਜੀ ਪਾ ਦੇ ਨਾ ਕਰਨੀ ਗਾਈਸ ਆਮਨਾ ਦੇ ਸੀ ਵਾਲ ਕੱਟਣੇ ਨੇ ਇੱਕ ਵਾਰੀ ਆਮਨਾ ਦੇ ਐਡੇ ਲੰਮੇ ਲੰਮੇ ਵਾਲ ਸੀ ਅਸੀਂ ਕੱਟ ਕੇ ਐਡੇ ਐਡੇ ਕਰਤੇ ਇਹਨੂੰ ਮੈਂ ਅਸੀਂ ਟੁੰਡੀ ਕਰਤਾ ਹਾਂ ਪੱਕ ਗਿਆ ਸਾਲਨ ਪੱਕ ਗਿਆ ਬੇਟੇ ਬਸ ਮਤਲਬ ਸਿਰਫ ਮੈਂ ਹੀ ਆ ਜਿਹਨੇ ਇੱਕ ਵਾਰੀ ਰੋਟੀ ਖਾਧੀ ਕਿਸੇ ਪਈਆਂ ਨੀ ਸੀ ਸੁਬਹ ਵਾਲੀ ਡੇਢ ਘੰਟੇ ਖੋਜ ਹੀ ਪਈ ਮੈਂ ਕਿਹਾ ਰੋਟੀ ਖਾਈਏ ਮੈਂ ਨੀ ਪਾਈ ਮੈਂ ਉੱਥੇ ਚਲੋ ਭਾਈ ਸਾਲਨ ਪੱਕ ਲਵੇ ਤੇ ਰੋਟੀ ਖਾਣ ਵਾਲੇ ਬਣੀ ਇਹਨਾਂ ਦਾ ਹੀ ਫਰੂਟ ਆਉਣਾ ਉਹਨਾਂ ਨੂੰ ਉੱਲੀ ਲੱਗੀ ਉੱਲੀ ਲਾਉਣੀ ਤੁਹਾਨੂੰ ਕੀ ਪਤਾ ਹੋਵੇ ਯਾਰ ਰੋਜ਼ ਦੀ ਸਬਜ਼ੀ ਆਉਣੀ ਨਾ ਮੈਂ ਕੱਲ੍ਹ ਤੁਹਾਡੀ ਔਲਾਦ ਨੂੰ ਹਿਸਾਬ ਕਰਕੇ ਦੱਸਿਆ ਸੀਗਾ ਕੱਲ੍ਹ ਆਲੂ ਗੋਭੀ ਪਕਾਇਆ ਸੀ ਬਸ ਕਰੋ ਮਮਾ ਜੀ ਬਸ ਕਰੋ ਬਸ ਕਰੋ ਬਸ ਕਰੋ ਚਲੋ ਜੀ ਗਾਈਸ ਇੱਥੇ ਨਾ ਨਿੱਕੀਆਂ ਨਿੱਕੀਆਂ ਗੱਲਾਂ ਦੀ ਲੜਾਈ ਹੁੰਦੀ ਵਾ ਤੇ ਹੁਣ ਸਾਲਨ ਪੱਕ ਲਵੇ ਇੱਕ ਵਾਰੀ ਏ ਫਿਊ ਮੋਮੈਂਟਸ ਲੇਟਰ ਹਾਂਜੀ ਆਸ਼ਾ ਐਂਡ ਆਮਨਾ ਬਾਅਦ ਬਾਈ ਆ ਗਏ ਨੇ ਤੇ ਆਉਂਦਿਆਂ ਹੀ ਜੀ ਜ਼ੈਨ ਗਿਆ ਜੀ ਰੁੱਸ ਕਿਉਂਕਿ
ਮੰਮਾ ਜੀ ਨੇ ਜ਼ੈਨ ਨਾਲ ਵਾਅਦਾ ਕੀਤਾ ਸੀ ਕਿ ਪੁੱਤਰ ਹੁਣ ਤੁਸੀਂ ਚਲੇ ਜਾਓ, ਜਾਓ ਦਰਸ ਚਲੇ ਜਾਓ, ਜਦੋਂ ਤੁਸੀਂ ਆਵੋਗੇ ਸਾਰਾ ਸਿਵਰ ਪੱਕ ਜਾਏਗਾ, ਫਿਰ ਆਪਾਂ ਸਾਰੇ ਜਣੇ ਬਹਿ ਕੇ ਰੋਟੀ ਖਾਵਾਂਗੇ, ਠੀਕ ਹੈ। ਉਹ ਹੋ ਗਈ ਅਸਲ 'ਚ ਵਾਅਦਾ ਖਿਲਾਫੀ, ਕਿਉਂਕਿ ਅਸੀਂ ਖਾ ਲਈ ਪਹਿਲੇ ਰੋਟੀ ਅਤੇ ਜ਼ੈਨ ਆਉਂਦਿਆਂ ਰੁੱਸ ਪਿਆ। ਹੁਣ ਜ਼ੈਨ ਨੇ ਕੋਈ ਮਿੰਤਾਂ ਤਰਲੇ ਕਰਾ ਕੇ ਜ਼ੈਨ ਨੇ ਰੋਟੀ ਖਾਣ ਲੱਗਾ। ਜ਼ੈਨ ਹੈ ਜ਼ੈਨ ਇਹ ਵੇਖ ਪਿਆਰ ਹੋ ਗਿਆ ਹੈ, ਕਰਦਾ ਕੀ ਹੈ। ਅਸਲ ਚ ਪਤਾ ਕੀ ਹੋਇਆ, ਅਸੀਂ ਜਲਦੀ ਰੋਟੀ ਕਿਉਂ ਖਾ ਲਈ, ਚਾਚੂ ਜੀ ਦੀ ਨਾ ਕਾਫੀ ਤਬੀਅਤ ਖਰਾਬ ਸੀ, ਠੀਕ ਹੈ, ਤੇ ਪਾਪਾ ਕਹਿੰਦੇ ਕਿ ਜਲਦੀ ਜਲਦੀ ਰੋਟੀ ਖਾ ਕੇ ਨਾ ਖਲਾਰਾ ਚੱਕੋ, ਆਪਾਂ ਝੱਟ ਥੱਲੇ ਚਲੀਏ, ਜਾ ਕੇ ਝੱਟ ਬਹਿ ਕੇ ਆਉਂਦੇ ਵਾਂ ਚਾਚੂ ਕੋਲ, ਇਸ ਵਾਸਤੇ ਅਸੀਂ ਜਲਦੀ ਰੋਟੀ ਖਾ ਲਈ। ਇਸ ਮੁੰਡੇ ਨੂੰ ਮੈਂ ਸਮਝਾ ਥੱਕ ਗਈ, ਪਰ ਕੀ ਮਜਾਲ ਹੈ। ਸੈਨ ਨਾ ਇੱਦਾਂ ਪਾਪਾ ਨੂੰ ਹੋਲੀ ਜਿਹਾ ਕਹਿੰਦਾ ਵੀ ਪਾਪਾ ਇੱਕ ਜੱਫੀ ਪਾ ਲੈ, ਜੈਨ ਜੀ ਕੋਈ ਜੁਰਮ ਨਹੀਂ ਕਰਨਾ ਹੁੰਦਾ। ਮੇਰੀ ਮੰਮਾ ਦਾ ਬ੍ਰੈਸਲੇਟ ਆਮਨਾ ਨੇ ਤੋੜਤਾ ਵਾ, ਇਹ ਮੇਰੀ ਮੰਮਾ ਨੂੰ ਮੰਮਾ ਦੀ ਸਹੇਲੀ ਨੇ ਦਿੱਤਾ ਸੀ, ਤੁਹਾਡੀ ਮੰਗਣੀ ਤੇ। ਉਹ ਤੇਰੀ ਖੈਰ, ਹਲੇ ਵੀ ਨੁਮਾ ਜੰਗ ਨਹੀਂ ਲੱਗਾ। ਮੰਗਣੀ ਵਾਲਾ ਅਜੇ ਤੱਕ ਚਮਕਦਾ ਫਿਰਦਾ, ਸੋਨੇ ਸੋਨੇ ਦਾ ਹੀ ਹੋਣਾ, ਚੈੱਕ ਕਰਾਓ ਜ਼ਰਾ ਇਹਦੇ ਅੱਗੇ ਕੀ ਲੱਗਾ ਸੀ। ਇਹਦੇ ਤੇ 786 ਲਿਖਿਆ ਸੀ, ਕਿੱਧਰ ਗਿਆ? ਉਹ ਤੇਰੀਆਂ ਧੀਆਂ ਤੇ ਨਿਗਰ ਲੱਗ ਗਿਆ। ਧੀਆਂ ਨਹੀਂ, ਧੀ ਕਿੱਥੇ ਹੈਗੀ ਹੈ? ਧੀ ਤੇਰੇ ਮੈਂ ਹੱਥ ਜਵਾਬ ਵੇਖਿਆ, ਪੁੱਛ ਲਈਏ ਕਰਦੀ ਕੀ ਹੈ। ਹੈ ਪਾਪਾ ਸੋਫਾ ਬਾਹਰ ਡਾ ਤਾ ਗਿੱਲਾ ਹੋਈ, ਨਹੀਂ ਪਾਪਾ ਨਹੀਂ ਗਿੱਲਾ ਹੁੰਦਾ, ਇੰਨੀ ਵੀ ਤਰੇਲ ਪੈਂਦੀ ਆ ਅੰਦਰ ਆ ਸੋਫਾ ਨਾ ਅੱਜ ਕੱਲ ਡਿਸਟਰਬ ਕਰ ਰਿਹਾ। ਆ ਤੇਰੀ ਮੰਮਾ ਦਾ ਮੰਜਾ ਵੇਖ ਕਿਸੇ ਨੇ ਕੱਸਿਆ ਨੇ ਤੇ ਕੀ ਬਣਿਆ ਤੇ ਐਂ ਨੇ ਜੋਂ ਦੀ ਚੋਲੀ ਮੰਮਾ ਅਸਲ ਚ ਮੰਜਾ ਹੀ ਆਪਦਾ ਨਹੀਂ ਡਾਂ ਜੋ ਹਾਂ ਆ ਵਿੰਗਾ ਫਿਰ ਉੱਥੇ ਖੜਾ ਕਰਕੇ ਨਾ ਦੂਜਾ ਮੰਜਾ ਨਹੀਂ ਨਾਲ ਸਹੀ ਖੜਾ। ਚਲੋ ਮੰਜਾ ਹੀ ਵਿੰਗਾ, ਇਹਨੂੰ ਕਸਣਾ ਕੀ, ਸਿਆਪਾ ਹੋਵੇ ਤੇ ਫੇਰ ਨਾ। ਆ ਵੀ ਗੱਲ ਸਹੀ ਮੰਮਾ ਜੀ ਤੁਹਾਡੀ ਗੱਲ ਸਹੀ। ਚਲੋ ਗਾਈਸ ਹੁਣ ਨਾ ਕਾਫੀ ਟਾਈਮ ਹੋ ਗਿਆ, ਹੁਣ ਮੈਂ ਸੋਣਾ ਹੈ ਸਵੇਰੇ। ਇੱਕ ਤੁਸੀਂ ਭਾਈ ਹੁਣ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਇੱਕ ਅੱਛਾ ਜਿਹਾ ਪਿਆਰਾ ਜਿਹਾ ਕਮੈਂਟ ਕਰੋ, ਠੀਕ ਹੈ। ਤੇ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਛੇਤੀ ਉਹ ਵੀ ਕਰ ਲਓ, ਤੇ ਚਲੋ ਵੀ ਠੀਕ ਹੈ ਫਿਰ। ਅੱਲਾ ਹਾਫਿਜ਼।